ਆਜੂਗੀ ਵੇ ਕਿਸੇ ਨੂੰ ਕਹਿ ਦੂਗੀ ਮੈਨੂੰ ਦੋ ਰੋਟੀਆਂ ਦੇ ਜਾ ਜਾਂ ਚਾਹ ਦੇ ਜਾ ਕਮਾਂਡਰ ਨੂੰ ਠੀਕ ਹੈ ਗੱਲ ਪਿੰਡ ਨਾ ਪਾਈ ਮੈਨੂੰ ਭੇਜਿਓ ਮੈਂ ਤੁਹਾਡੇ ਪੂਰੇ ਹੱਥ ਬੰਨ ਕੇ ਬੇਨਤੀ ਕਰਦੀ ਹਾਂ ਹੌਲਾਦ ਤੋਂ ਤੰਗ ਮਾਂ ਨਹਿਰ 'ਚ ਪਹੁੰਚੀ ਛਾਲ ਮਾਰਨ ਚਾਰ ਪੁੱਤ ਹੋਣ ਦੇ ਬਾਵਜੂਦ ਵੀ ਕੋਈ ਵੀ ਨਹੀਂ ਕਰਵਾ ਰਿਹਾ ਇਲਾਜ ਮੌਕੇ ਤੇ ਲੋਕਾਂ ਨੇ ਬਚਾਈ ਬਜ਼ੁਰਗ ਮਹਿਲਾ ਦੀ ਜਾਨ ਔਲਾਦ ਦਾ ਜੇਕਰ ਕੋਈ ਸਭ ਤੋਂ ਵੱਧ ਧਿਆਨ ਰੱਖਦਾ ਹੈ ਤਾਂ ਉਹ ਉਸਦੀ ਮਾਂ ਹੁੰਦੀ ਹੈ ਪਰ ਇਹੀ ਔਲਾਦ ਕਈ ਵਾਰ ਆਪਣੇ ਮਾਂ ਦੇ ਕਰਜ਼ ਨੂੰ ਭੁੱਲ ਜਾਂਦੀ ਹੈ ਤੇ ਜਦ ਮਾਂ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਤਾਂ ਉਸ ਨੂੰ ਬੇਸਹਾਰਾ ਕਰ ਦਿੰਦੀ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸਮਰਾਲਾ ਤੋਂ ਜਿੱਥੇ ਇਸ ਮਹਿਲਾ ਦੇ ਚਾਰ ਪੁੱਤ ਹੋਣ ਦੇ ਬਾਵਜੂਦ ਵੀ ਕੋਈ ਵੀ ਇਸ ਮਾਂ ਦਾ ਸਹਾਰਾ ਨਹੀਂ ਬਣ ਰਿਹਾ ਤੰਗ ਹੋ ਕੇ ਇਹ ਮਹਿਲਾ ਭਾਖੜਾ ਨਹਿਰ ਦੇ ਵਿੱਚ ਛਾਲ ਮਾਰਨ ਪਹੁੰਚਦੀ ਹੈ ਤਾਂ ਮੌਕੇ ਤੇ ਲੋਕਾਂ ਦੇ ਵੱਲੋਂ ਇਸ ਦੀ ਜਾਨ ਬਚਾਈ ਜਾਂਦੀ ਹੈ ਤੇ ਫਿਰ ਇਸ ਨੂੰ ਸਮਝਾਇਆ ਵੀ ਜਾਂਦਾ ਹੈ ਇਸ ਸੰਬੰਧੀ ਇਸ ਮਹਿਲਾ ਨੇ ਦੱਸਿਆ ਕਿ ਮੇਰੀ ਲੱਤ ਦਾ ਆਪਰੇਸ਼ਨ ਹੋਣਾ ਹੈ ਤੇ ਮੇਰੇ ਚਾਰ ਮੁੰਡਿਆਂ 'ਚੋਂ ਕੋਈ ਵੀ ਮੇਰਾ ਇਲਾਜ ਨਹੀਂ ਕਰਵਾ ਰਿਹਾ ਮੈਨੂੰ ਕਮਰੇ ਦੇ ਵਿੱਚ ਬੰਦ ਰੱਖਿਆ ਜਾਂਦਾ ਹੈ ਤੇ ਨਾ ਹੀ ਮੈਨੂੰ ਰੋਟੀ ਪੁੱਛਦੇ ਨੇ ਜਿਸ ਕਰਕੇ ਮਹਿਲਾ ਖੁਦਕੁਸ਼ੀ ਕਰਨ ਦੇ ਲਈ ਨਹਿਰ ਦੇ ਕੰਢੇ ਪਹੁੰਚਦੀ ਹੈ ਤੇ ਲੋਕਾਂ ਦੇ ਵੱਲੋਂ ਇਸ ਨੂੰ ਬਚਾਇਆ ਜਾਂਦਾ ਹੈ ਤੇ ਨਾਲ ਦੇ ਨਾਲ ਸਮਝਾਇਆ ਵੀ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਤੇ ਉਹ ਇਸ ਮਹਿਲਾ ਨੂੰ ਆਪਣੇ ਨਾਲ ਲੈ ਜਾਂਦੇ ਨੇ ਤੇ ਫਿਰ ਇਸ ਦੇ ਪਰਿਵਾਰ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਤਾਂ ਦੱਸ ਦਈਏ ਕਿ ਇਹ ਬਜ਼ੁਰਗ ਮਹਿਲਾ ਆਪਣੇ ਬੱਚਿਆਂ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਨ ਪਹੁੰਚੀ ਸੀ ਪਰ ਮੌਕੇ ਤੇ ਲੋਕਾਂ ਦੇ ਵੱਲੋਂ ਇਸ ਬਜ਼ੁਰਗ ਮਹਿਲਾ ਦੀ ਜਾਨ ਬਚਾ ਲਈ ਗਈ ਹੈ ਇਹ ਮਾਤਾ ਤਾਂ ਬਹੁਤ ਟਾਈਮ ਦੀ ਆਈ ਹੈ ਤਿੰਨ ਚਾਰ ਘੰਟੇ ਹੋ ਗਏ ਨੇ ਜੀ ਆਏ ਨੂੰ ਤੇ ਆ ਗਏ ਤੇ ਹੁਣ ਤਾਂ ਸਾਹਿਬ ਅਸੀਂ ਪੁੱਛ ਰਹੇ ਹਾਂ ਪਹਿਲਾਂ ਤਾਂ ਸਾਨੂੰ ਇਹਨੇ ਸੱਚ ਦੱਸਿਆ ਨਹੀਂ ਕਹਿੰਦੀ ਵੀ ਮੇਰੇ ਰਿਸ਼ਤੇਦਾਰ ਗੜੀ ਸਾਹਿਬ ਮੱਥਾ ਟੇਕਣ ਗਏ ਨੇ ਉਹ ਮੈਨੂੰ ਲੈ ਜਾਣਗੇ ਫਿਰ ਅਸੀਂ ਕਹਿ ਰਿਹਾ ਵੀ ਮਾਤਾ ਤੈਨੂੰ ਕੋਈ ਨਹੀਂ ਆਉਣਾ ਹੈਗਾ ਕਿਸੇ ਨੇ ਤੈਨੂੰ ਲੈਣ ਵਾਸਤੇ ਤੂੰ ਐਂ ਝੂਠ ਮਾਰਨੀ ਫਿਰ ਹੁਣ ਰੋਣ ਲੱਗ ਗਈ ਉੱਚੀ ਜੀ ਕਹਿੰਦੀ ਵੀ ਮਾਤਾ ਮੈਂ ਕਹਿੰਦੀ ਵੀ ਪੁੱਤਰ ਮੈਂ ਤਾਂ ਐਂ ਕਹਿ ਰਹੀ ਵੀ ਉਰਾ ਪਰਾ ਹੋ ਜਾਣ ਤੇ ਮੈਂ ਭਾਖੜਾ ਦੇ ਵਿੱਚ ਛਾਲ ਮਾਰ ਦਾਂ ਤੁਸੀਂ ਜਾ ਨਹੀਂ ਰਹੇ ਫਿਰ ਇਹਨੇ ਸੱਚ ਗੱਲ ਦੱਸਤੀ ਵੀ ਮੈਂ ਤੇ ਭਾਖੜਾ ਛਾਲ ਮਾਰਨ ਵਾਸਤੇ ਆਈ ਸੀ ਵੀ ਮੈਂ ਦੁਖੀ ਆ ਮੇਰੇ ਚਾਰ ਮੁੰਡੇ ਨੇ ਵੀ ਮੈਂ ਗਾਜੀਪੁਰ ਰਹਿੰਦੀ ਹਾਂ 10 ਦਿਨ ਹੋ ਗਏ ਰੋਟੀ ਵੀ ਨਹੀਂ ਮੈਨੂੰ ਕੋਈ ਪੁੱਛਦਾ ਹੈਗਾ ਤੇ ਬੂਆ ਮਾਰ ਕੇ ਲੰਘ ਜਾਂਦੇ ਨੇ ਕਹਿੰਦੀ ਵੀ ਲੱਤ ਮੁੰਡੇ ਔਲਾਦ ਰੋਟੀ ਨਹੀਂ ਦੇ ਰਹੀ ਬਜ਼ੁਰਗ ਮਾਂ ਨੂੰ ਅਰਾ ਕੀ ਹਾਲਾਤ ਹੈ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਅਵਤਾਰ ਸਿੰਘ ਜੀ ਹਾਂ ਅਸੀਂ ਆਏ ਸੀ ਮੈਂ ਇੱਥੇ ਦੁੱਧ ਪਾਉਣ ਆਏ ਸੀ ਤੇ ਬਾਬਾ ਜੀ ਖਲੋਤੇ ਸਨ ਤੇ ਵੇਖਿਆ ਫਿਰ ਮਾਈ ਨੂੰ ਪੁੱਛਿਆ ਮਾਈ ਨੂੰ ਕਿਹਾ ਵੀ ਤੈਨੂੰ ਅਸੀਂ ਇਸਲਾਮ 'ਚ ਪਹੁੰਚਾ ਦਿੰਦੇ ਹਾਂ ਤੇ ਆਂਦੀ ਮੈਂ ਨਹੀਂ ਜਾਣਾ ਚਾਹੁੰਦੀ ਮੇਰੀ ਬੁਰੀ ਹਾਲਤ ਹੈ ਤੇ ਮੈਨੂੰ ਭਾਰਾ ਸਰੀਰ ਕਿੰਨੀ ਉੱਥੇ ਸਾਹਮਣੇ ਮੈਨੂੰ ਇਹਨੂੰ ਬਿਰਦ ਆਸ਼ਰਮ ਪਹੁੰਚਾ ਦਿਓ ਕੁਛ ਤੁਸੀਂ ਹਾਂਜੀ ਅਸੀਂ ਫੋਨ ਲਾਉਂਦੇ ਹਾਂ ਉਹ ਸੁਣਦੇ ਨਹੀਂ ਜੇ ਉਹ ਬਿਰਦ ਆਸ਼ਰਮ ਲਾ ਦਿਓ ਇੱਥੇ ਇੱਥੇ ਹੀ ਕਿੰਨੇ ਸੇਵਾ ਕਰਦੇ ਉਹ ਲਕਚਾਨੀ ਵਾਲਾ ਹੈ ਬੰਦਾ ਜੀ ਉਹ ਸੇਵਾ ਚੰਗੀ ਕਰਦੇ ਨੇ ਉੱਥੇ ਮਿਲ ਜੀ ਹਾਂ ਤੁਹਾਡਾ ਕੀ ਨਾਮ ਹੈ ਮੈਂ ਸਰਪੰਚ ਮਹਿਮੂਦਪੁਰ ਤੋਂ ਜਗਤਾਰ ਸਿੰਘ ਸਰਪੰਚ ਸਾਹਿਬ ਇਹ ਜਿਹੜੀ ਮਾਤਾ ਦੇਖੋ ਪਈ ਹੈ ਕੀ ਕਹੋਗੇ ਤੁਸੀਂ ਕੀ ਮੰਨ ਲਓ ਲੋਕਾਂ ਨੂੰ ਵੀ ਅੱਜ ਬਜ਼ੁਰਗਾਂ ਦਾ ਕੀ ਹਾਲਾਤ ਹੋ ਰਹੇ ਦੇਖੋ ਜੋ ਕੁਝ ਆਪਾਂ ਦੇਖ ਰਹੇ ਹਾਂ ਅੱਜ ਜਿਵੇਂ ਆਪਾਂ ਕਹਿ ਦਈਏ ਵੀ ਕਲਯੁਗ ਦਾ ਆਪਾਂ ਐਂਡ ਕਹਿ ਸਕਦੇ ਹਾਂ ਹਨਾ ਵੀ ਜਿਹੜੇ ਮਾਂ-ਬਾਪ ਸਾਨੂੰ ਇੰਨੀਆਂ ਉਮੀਦਾਂ ਦੇ ਨਾਲ ਪਾਲਦੇ ਨੇ ਅਸੀਂ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਹੀਂ ਖਵਾ ਸਕਦੇ ਇਦੋਂ ਮਤਲਬ ਕਿ ਘਟੀਆ ਇਨਸਾਨੀਅਤ ਖਤਮ ਹੋ ਚੁੱਕੀ ਲੋਕਾਂ ਦੇ ਅੰਦਰੋਂ ਇਨਸਾਨੀਅਤ ਇਹੀ ਕਹਿ ਸਕਦੇ ਆਪਾਂ ਮੈਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਵੀ ਆਪਣੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਕਿਤੇ ਇਹਨਾਂ ਨੂੰ ਐਡਮਿਟ ਕਰਾਉਣ ਦੀ ਲੋੜ ਆ ਤਾਂ ਅਸੀਂ ਉਹ ਵੀ ਕਰਨ ਨੂੰ ਤਿਆਰ ਹਾਂ ਇਹਨੂੰ ਫਿਲਹਾਲ ਹਸਪਤਾਲ ਲੈ ਕੇ ਜਾਓਗੇ ਹਾਂ ਅਸੀਂ ਤਿਆਰ ਹਾਂ ਮਾਤਾ ਜਾਨ ਹਸਪਤਾਲ ਤੇ ਅਸੀਂ ਲੈ ਕੇ ਜਾਣ ਨੂੰ ਤਿਆਰ ਇਹਨਾਂ ਨੂੰ ਜੀ ਇਹ ਮਾਤਾ ਤੁਹਾਨੂੰ ਕੀ ਦੱਸ ਰਹੀ ਹੈ ਕਿੱਥੇ ਦੀ ਰਹਿਣ ਵਾਲੀ ਇਹ ਮਾਤਾ ਪਿੰਡ ਗਾਜੀਪੁਰ ਦੀ ਰਹਿਣ ਵਾਲੀ ਹੈ ਜੀ ਰਣਜੀਤ ਕੌਰ ਇਹਨਾਂ ਦਾ ਨਾਂ ਹੈ ਜੀ ਇਹਦੇ ਪਤੀ ਦਾ ਨਾਂ ਜੀ ਛੋਟਾ ਸਿੰਘ ਇਹਦੀ ਲੱਤ ਕਿਹੜੇ ਫ੍ਰੈਕਚਰ ਹੋ ਗਈ ਕਹਿੰਦੀ ਮੇਰਾ ਕੋਈ ਇਲਾਜ ਨਹੀਂ ਕਰਾਉਂਦਾ ਇਸ ਕਰਕੇ ਮੈਂ ਤੰਗ ਦੁਖੀ ਹੋ ਕੇ ਮੈਂ ਨਹਿਰ ਛਾਲ ਮਾਰਨ ਚੱਲੀ ਸੀ ਪਰ ਇਹਨੂੰ ਸਮਝਾਇਆ ਹੈ ਵੀ ਇਹ ਆਪਣੀ ਜਾਨ ਗਵਾਉਣ ਦਾ ਕੋਈ ਫਾਇਦਾ ਨਹੀਂ ਇਹਦੇ ਬਾਕੀ ਪਰਿਵਾਰ ਦੇ ਮੈਂਬਰਾਂ ਨੂੰ ਬੁਲਾ ਕੇ ਇਹਨੂੰ ਇਲਾਜ ਕਰਾਉਣ ਵਾਸਤੇ ਜੋ ਵੀ ਇਹਨੂੰ ਸਹੂਲਤ ਚਾਹੀਦੀ ਹੈ ਜੀ ਜਿਹੜੀ ਵੀ ਇਹਨੂੰ ਚੀਜ਼ ਚਾਹੀਦੀ ਹੈ ਉਹ ਇਹਨਾਂ ਤੋਂ ਪ੍ਰੋਵਾਈਡ ਕਰਨੀ ਇਹ ਕਹਿ ਰਹੇ ਕਿ ਮੁੰਡੇ ਮੇਰੇ ਕਹਿੰਦੇ ਜ਼ਹਿਰ ਘੱਟੀ ਕਾ ਲਾ ਦਿਓ ਮੈਂ ਦੁਖੀ ਹਾਂ ਉਸ ਤੋਂ ਕੋਈ ਗੱਲ ਨਹੀਂ ਜੀ ਉਹ ਸਦਰ ਥਾਣੇ ਏਰੀਆ ਪੈਂਦਾ ਜੀ ਉੱਧਰ ਆਪਾਂ ਉਹਨੂੰ ਕਹਿ ਕੇ ਸਦਰ ਪੁਲਿਸ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੇਣੇ ਵੀ ਆਹ ਗੱਲ ਹੈ ਉਹ ਉਹਨਾਂ ਨੂੰ ਬੁਲਾ ਕੇ ਜੋ ਵੀ ਸਪੁਰਦ ਕਰਾਓਗੇ ਉਹਨਾਂ ਦੇ ਪਰਿਵਾਰ ਦੇ ਤੁਸੀਂ ਇਹਨਾਂ ਨੂੰ ਹਾਂ ਇਹਨਾਂ ਨੂੰ ਉੱਧਰ ਭੇਜਦੇ ਆ ਜੀ ਬੁਲਾਏ ਨੇ ਕਹਿੰਦੇ ਆ ਰਹੇ ਨੇ ਜੀ ਤੇ ਉਹਨਾਂ ਨੂੰ ਸਪੁਰਦ ਕਰਦੇ ਆ ਜੀ ਹਾਂਜੀ